ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ। ਸੋ ਅੱਜ ਕੈਨੇਡਾ ਦੇ ਟੂਰਿਸਟ ਵੀਜ਼ਾ ਤੇ ਡਿਸਕਸ਼ਨ ਕਰਾਂਗੇ, ਖਾਸ ਸਿਨਾਰੀਓ ਡਿਸਕਸ ਕਰਾਂਗੇ ਤੁਹਾਡੇ ਨਾਲ। ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ, ਟੂਰਿਸਟ ਵੀਜ਼ਾ ਤੇ ਜਾਣਾ ਚਾਹੁੰਦੇ ਹੋ, ਬਟ ਤੁਹਾਡੇ ਕੋਲ ਸਪੌਂਸਰ ਨਹੀਂ ਹੈਗਾ ਕੋਈ, ਉਸ ਕੇਸ ਦੇ ਵਿੱਚ ਤੁਸੀਂ ਕਿਵੇਂ ਆਪਣੀ ਫਾਈਲਿੰਗ ਕਰਨੀ ਹੈ, ਪੋਸੀਬਿਲਿਟੀਜ਼ ਕਿੰਨੀਆਂ ਕਿਰਾਏਗੀ ਤੁਹਾਡੇ ਸਕਸੈਸ ਦੀ। ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਆਫਿਸ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ। ਸਨੇਹਾ ਜੀ ਬਹੁਤ ਬਹੁਤ ਸਵਾਗਤ ਹੈ। ਸੋ ਸਨੇਹਾ ਜੀ, ਕੀ ਪੋਸੀਬਿਲਿਟੀਜ਼ ਹੁੰਦੀਆਂ ਜੇ ਕਿਸੇ ਨੇ ਟੂਰਿਸਟ ਵੀਜ਼ਾ ਕੈਨੇਡਾ ਦਾ ਲਾਣਾ ਹੋਵੇ ਤੇ ਸਪੌਂਸਰ ਨਾ ਹੋਵੇ, ਫਾਈਲਿੰਗ ਕਿਸ ਤਰੀਕੇ ਨਾਲ ਹੁੰਦੀ ਹੈ, ਪ੍ਰੋਬੇਬਿਲਟੀ ਕਿੰਨੀ ਕੁ ਰਹਿੰਦੀ ਹੈ ਵੀਜ਼ਾ ਆਉਣ ਦੀ? ਦੇਖੋ ਸਰ, ਪਹਿਲੇ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦੀ ਹਾਂ ਕਿ ਬੇਸਿਕਲੀ ਜਦੋਂ ਵੀ ਆਪਾਂ ਕਿਸੇ ਵੀ ਕੰਟਰੀ ਦਾ ਟੂਰਿਸਟ ਔਰ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਹਾਂ ਤਾਂ ਸਾਨੂੰ ਉਹਨੂੰ ਆਫੀਸਰ ਨੂੰ ਇੱਕ ਚੀਜ਼ ਦੀ ਗਰੰਟੀ ਦੇਣੀ ਪੈਂਦੀ ਹੈ ਕਿ ਤੁਸੀਂ ਉੱਥੇ ਜਾ ਕੇ ਅਕੋਮੋਡੇਸ਼ਨ ਕਿੱਥੇ ਲੈ ਰਹੀ ਹੈ ਨਾ, ਕਿ ਕਿੱਥੇ ਜਾ ਕੇ ਰਹਿਣਾ। ਸੋ ਜਦੋਂ ਸਾਡੇ ਕੋਲ ਸਪੌਂਸਰ ਹੁੰਦੀ ਹੈ ਅਸੀਂ ਵਿਜ਼ਟਰ ਵੀਜ਼ਾ ਕਹਿ ਦਿੰਦੇ ਹਾਂ, ਜਦੋਂ ਸਾਡਾ ਹੋਟਲ ਕਨਫਰਮੇਸ਼ਨ ਹੁੰਦਾ ਅਸੀਂ ਟੂਰਿਸਟ ਵੀਜ਼ਾ ਕਹਿੰਦੇ, ਜਦਕਿ ਕੈਟਾਗਰੀ ਸੇਮ ਆ, ਐਪਲੀਕੇਸ਼ਨ ਸੇਮ ਆ, ਸਿਰਫ ਇੱਕ ਅਕੋਮੋਡੇਸ਼ਨ ਦਾ ਫਰਕ ਆ। ਸੋ ਕੋਈ ਵੀ ਘੁੰਮਣ ਜਾ ਸਕਦਾ ਵਾ ਕਿਸੇ ਵੀ ਕੰਟਰੀ 'ਚ, ਆਹ ਪੈਰਾਮੀਟਰ ਇੰਨਾ ਇੰਪੋਰਟੈਂਟ ਨਹੀਂ ਆ। ਹਾਂ, ਅਗਰ ਤੁਹਾਡੀ ਸਪੌਂਸਰ ਹੈਗੀ ਆ ਔਰ ਤੁਹਾਡੀ ਬਲੱਡ ਰਿਲੇਸ਼ਨ ਦੇ ਵਿੱਚ ਸਪੌਂਸਰ ਹੈਗੀ, ਲਾਈਕ ਰੀਅਲ ਬ੍ਰਦਰ ਸਿਸਟਰ ਦੀ ਆ ਜਾਂ ਪੇਰੈਂਟਸ ਨੂੰ ਬੱਚੇ ਅਪਲਾਈ ਕਰਦੇ ਆ, ਉਸ ਕੇਸ 'ਚ ਵੀਜ਼ੇ ਦੇ ਬਹੁਤ 100% ਚਾਂਸਿਸ ਹੁੰਦੇ ਆ ਕਿਉਂਕਿ ਫੈਮਿਲੀ ਟਾਇਪ ਬਹੁਤ ਸਟਰੋਂਗ ਹੋ ਜਾਂਦਾ ਵਾ। ਬਟ ਇਹਦਾ ਮਤਲਬ ਇਹ ਨਹੀਂ ਆ ਕਿ ਅਗਰ ਸਾਡਾ ਉੱਥੇ ਕੋਈ ਰੈਲੇਟਿਵ ਨਹੀਂ ਹੈਗਾ, ਫੈਮਿਲੀ ਟਾਇਪ ਸਟਰੋਂਗ ਨਹੀਂ ਹੈ ਤਾਂ ਸਾਨੂੰ ਵੀਜ਼ਾ ਨਹੀਂ ਮਿਲੇਗਾ। ਉਹ ਇੱਕ ਪੋਲਿਸ਼ ਕਰਦਾ ਫਾਈਲ ਨੂੰ, ਬਟ ਉਹ ਵੀਜ਼ੇ ਵੀ ਰਿਫਿਊਜ਼ ਹੁੰਦੇ ਆ ਕਿਉਂਕਿ ਸੈਕਿੰਡ ਜਿਹੜਾ ਪੈਰਾਮੀਟਰ ਇੰਪੋਰਟੈਂਟ ਹੈਗਾ ਕਿ ਆਫੀਸਰ ਨੂੰ ਇਹ ਸੈਟਿਸਫਾਈਡ ਕਰਵਾਉਣਾ ਕਿ ਅਕੋਮੋਡੇਸ਼ਨ ਹੋ ਗਈ, ਸਪੌਂਸਰ ਆ ਜਾਂ ਹੋਟਲ ਕਨਫਰਮੇਸ਼ਨ ਆ, ਠੀਕ ਹੈ। ਸੋ ਕੀ ਅਸੀਂ ਵਾਪਸ ਆਵਾਂਗੇ ਆਪਣੀ ਹੋਮ ਕੰਟਰੀ ਦੇ ਵਿੱਚ, ਕੀ ਅਸੀਂ ਪ੍ਰੋਫੈਸ਼ਨਲੀ ਫਾਈਨੈਂਸ਼ਲੀ ਇੰਨੇ ਸਟਰੋਂਗ ਹੈਗੇ ਹਾਂ ਕਿ ਅਸੀਂ ਉਸ ਟ੍ਰਿਪ ਨੂੰ ਅਫੋਰਡ ਕਰ ਸਕਦੇ ਹਾਂ। ਅਗੇਨ, ਫਰਕ ਸਿਰਫ ਇੰਨਾ ਹੀ ਆ ਕਿ ਜਦੋਂ ਤੁਹਾਡੀ ਸਪੌਂਸਰ ਹੁੰਦੀ ਹੈ ਤਾਂ ਤੁਹਾਡਾ ਫਾਈਨੈਂਸ਼ੀਅਲ ਸਟੇਟਸ ਜਿੱਦਾਂ ਦਾ ਵੀ ਨੋਰਮਲ ਵੀ ਹੈ ਚੱਲ ਜਾਂਦਾ ਨਾ, ਕਿਉਂਕਿ ਤੁਹਾਡੀ ਲੋਡਿੰਗ ਬੋਰਡਿੰਗ ਜਿਹੜੀ ਹੈਗੀ ਆ ਤੁਹਾਡੇ ਰੈਲੇਟਿਵ ਨੇ ਉਹਦੀ ਰਿਸਪੋਂਸੀਬਿਲਟੀ ਲੈ ਲਈ ਆ। ਬਟ ਜਦੋਂ ਅਸੀਂ ਟੂਅਰ ਪੈਕੇਜ 'ਤੇ ਫਾਈਲ ਲਗਾ ਰਹੇ ਹਾਂ ਸਰ, ਤਾਂ ਓਬਵੀਅਸ ਹੈ ਕਿ ਸਾਡਾ ਫਾਈਨੈਂਸ਼ੀਅਲ ਸਟੇਟਸ ਸਟਰੋਂਗ ਹੋਣਾ ਚਾਹੀਦਾ ਨਾ, ਕਿ ਅਸੀਂ ਇੱਕ ਇੰਟਰਨੈਸ਼ਨਲ ਕੰਟਰੀ 'ਚ ਘੁੰਮਣ ਲਈ ਕਹਿ ਰਹੇ ਹਾਂ ਕਿ ਸਾਡੇ ਕੋਲ ਇੰਨੇ ਪੈਸੇ ਹੈਗੇ ਆ। ਉਹਦੇ 'ਤੇ ਬਹੁਤ ਮੈਟਰ ਕਰਦਾ ਕਿ ਤੁਹਾਡੀ ਫਾਈਲ ਫਾਈਨੈਂਸ਼ੀਅਲ ਬਹੁਤ ਸਟਰੋਂਗ ਹੋਣੀ ਚਾਹੀਦੀ ਆ। ਸੋ ਮੈਟਰ ਜ਼ਿਆਦਾ ਕੀ ਕਰਦਾ, ਤੁਹਾਡੀ ਫਾਈਲ, ਤੁਹਾਡੀ ਪ੍ਰੋਫਾਈਲ ਕਿ ਕਿੰਨੀ ਸਟਰੋਂਗ ਆ, ਅਕੋਮੋਡੇਸ਼ਨ ਇੰਨੀ ਮੈਟਰ ਨਹੀਂ ਕਰਦੀ। ਸੋ ਵਿਦਆਊਟ ਸਪੌਂਸਰ ਦੀ ਵੀਜ਼ਾਸ ਬਹੁਤ ਅੱਛੇ ਇਸ ਟਾਈਮ ਆ ਰਹੇ। ਸੋ ਵਿਦਆਊਟ ਸਪੌਂਸਰ ਜੇ ਕੋਈ ਜਾਂਦਾ ਅਪਲਾਈ ਕਰਦਾ, ਉਹਦੀ ਫੈਮਿਲੀ ਟਾਈਜ਼ ਇੱਥੇ, ਉਹਦਾ ਕੀ ਸਿਨੈਰੀਓ ਆ, ਉਹ ਕਿੰਨਾ ਕੁ ਇੰਪੋਰਟੈਂਟ? ਸਰ ਬਿਲਕੁਲ, ਦੇਖੋ ਕਿ ਤੁਸੀਂ ਫੈਮਿਲੀ ਟਾਈਜ਼ ਆਪਾਂ ਕਿਉਂ ਲਗਾਉਂਦੇ ਹਾਂ ਕਿ ਇੱਕ ਤਾਂ ਚਲੋ ਜਦੋਂ ਹੁਣ ਹੋਟਲ ਕਨਫਰਮੇਸ਼ਨ ਹੋ ਗਈ ਕਿ ਅਸੀਂ ਵਾਪਸ ਕਿਉਂ ਆਉਣਾ ਨਾ, ਉਹ ਵੀ ਇੱਕ ਫੈਮਿਲੀ ਟਾਈ ਹੋ ਗਿਆ ਨਾ, ਕਿ ਇੱਕ ਤਾਂ ਬਿਜ਼ਨਸ ਟਾਈ ਹੋ ਗਿਆ ਕਿ ਸਾਡਾ ਬਿਜ਼ਨਸ ਆ ਜਾਂ ਜੋਬ ਆ, ਇੱਕ ਤੁਹਾਡੇ ਪਿੱਛੇ ਆਉਣ ਦਾ ਕਾਰਨ ਕੀ ਆ। ਸੋ ਉਹਦੇ ਵਿੱਚ ਸਾਨੂੰ ਦੱਸਣਾ ਪੈਂਦਾ, ਤਾਂ ਹੀ ਜਿੱਦਾਂ ਤੁਸੀਂ ਸਪੋਜ਼ ਕਰੋ ਹਸਬੈਂਡ ਵਾਈਫ ਆਪਣੀ ਫਾਈਲ ਲਗਾ ਰਹੇ ਆ, ਬਟ ਉਹਦੇ ਵਿੱਚ ਪੂਰੀ ਫੈਮਿਲੀ ਦੀ ਡਿਟੇਲ ਜਾਂਦੀ ਹੈ ਕਿ ਤੁਹਾਡੇ ਬੱਚੇ ਕੀ ਕਰਦੇ ਆ, ਪੜ੍ਹ ਰਹੇ ਆ, ਅਗਰ ਪੜ੍ਹ ਰਹੇ ਉਹਨਾਂ ਦੇ ਬੋਨਾਫਾਈਡ, ਚਾਹੇ ਬੱਚੇ ਜਾਣਾ ਉਹਨਾਂ ਨੇ ਚਾਹੇ ਨਹੀਂ ਜਾਣਾ। ਸੋ ਦਿਸ ਇਜ਼ ਦਾ ਰੀਜ਼ਨ, ਈਵਨ ਕਿ ਅਗਰ ਤੁਹਾਡੇ ਬੱਚੇ ਛੋਟੇ ਆ ਤਾਂ ਅਸੀਂ ਈਵਨ ਇਹ ਵੀ ਦਿਖਾਉਂਦੇ ਹਾਂ ਕਿ ਉਹਨਾਂ ਦਾ ਕੇਅਰ ਟੇਕਰ ਕੌਣ ਆ ਪਿੱਛੋਂ, ਉਹਦਾ ਐਫੀਡੈਵਿਟ ਵੀ ਲਗਾਈਦਾ ਵਾ ਕਿ ਕਿਉਂਕਿ ਇਹ ਇੰਗਲਿਸ਼ ਕੰਟਰੀਜ਼ ਆ, ਇਹ ਇੰਡੀਆ ਵਾਂਗੂ ਨਹੀਂ ਆ ਕਿ ਬੱਚੇ ਜਿਹਨੂੰ ਮਰਜ਼ੀ ਛੱਡਦੇ, ਕਿਉਂਕਿ ਇੱਥੇ ਤਾਂ ਰਿਸਪੋਂਸੀਬਿਲਟੀ ਦਾਦਾ ਦਾਦੀ ਦੀ ਹੁੰਦੀ ਆ, ਬਟ ਇੰਗਲਿਸ਼ ਕੰਟਰੀਜ਼ 'ਚ ਇੱਦਾਂ ਦਾ ਨਹੀਂ ਆ। ਸੋ ਸਾਨੂੰ ਪਰਟੀਕੁਲਰ ਐਫੀਡੈਵਿਟ ਲਗਾਉਣਾ ਪੈਂਦਾ ਕਿ ਸਾਡੇ ਵਾਪਸ ਆਉਣ ਦੇ ਕਾਰਨ ਫੈਮਿਲੀ ਟਾਈਪਸ ਕੀ ਹੈਗੇ ਆ। ਸੋ ਫੈਮਿਲੀ ਟਾਈਪਸ ਜੇ ਤੁਸੀਂ ਵਧੀਆ ਤਰੀਕੇ ਨਾਲ ਸ਼ੋਅ ਕਰ ਦਿੰਦੇ ਹੋ ਤਾਂ ਜਿਵੇਂ ਸਨੇਹਾ ਜੀ ਨੇ ਦੱਸਿਆ, ਪੋਸੀਬਿਲਿਟੀ ਵੱਧ ਜਾਂਦੀ ਹੈ। ਸਨੇਹਾ ਜੀ, ਫਾਈਲ ਨੂੰ ਪ੍ਰੋਸੈਸਿੰਗ ਨੂੰ ਟਾਈਮ ਕਿੰਨਾ ਕੁ ਲੱਗਦਾ? ਬਿਲਕੁਲ ਸਰ, ਹੁਣ ਅਗਰ ਆਪਾਂ
ਆਫੀਸ਼ੀਅਲ ਸਾਈਟ ਤੇ ਜਾਈਏ ਤਾਂ ਮਿਸਟਰ ਵੀਜ਼ੇ ਦੀ ਜਿਹੜਾ ਟਾਈਮਿੰਗ ਹੈਗੀ ਆ ਹੁਣ ਸਿਰਫ 2 to 3 weeks ਦਿਖਾ ਰਹੀ ਆ। ਬਟ ਕੈਨੇਡਾ ਦੇ ਵਿੱਚ ਅਗੇਨ ਕੋਈ ਸਟੈਂਡਰਡ ਟਾਈਮ ਨਹੀਂ ਹੈਗਾ ਵਾ ਕਿ ਕਈ ਵਾਰ ਫਾਈਲ 10 to 15 days ਚ ਵੀ ਰਿਜ਼ਲਟ ਆ ਰਿਹਾ ਵਾ, ਕਈ ਵਾਰ 40-45 days ਵੀ ਲੱਗ ਰਿਹਾ ਵਾ, ਕਈ ਵਾਰ ਬੈਕਲੋਗ ਚ ਵੀ ਚਲ ਜਾਂਦੀ ਆ। ਬਟ ਪ੍ਰੈਜੈਂਟ ਅਪ੍ਰੈਲ ਦੇ ਫਸਟ ਵੀਕ ਤੋਂ ਅਗਰ ਆਪਾਂ ਦੇਖੀਏ ਤਾਂ 15-20 days ਦੇ ਵਿੱਚ ਰਿਜ਼ਲਟਸ ਆ ਰਹੇ ਆ। ਪੇਸਟਿੰਗ ਨੂੰ ਜ਼ਰੂਰ ਟਾਈਮ ਲੱਗ ਰਿਹਾ ਸਰ, ਉਹਦਾ ਰੀਜ਼ਨ ਕੀ ਆ ਕਿ ਇਸ ਟਾਈਮ ਵੀਜ਼ਾ ਸਕਸੈਸ ਰੇਟ ਬਹੁਤ ਹਾਈ ਆ। ਅੱਗੇ ਇੰਨਾ ਵੀਜ਼ਾ ਸਕਸੈਸ ਰੇਟ ਨਹੀਂ ਹਾਈ ਸੀਗਾ, ਹੁਣ ਵੀਜ਼ਾਸ ਜ਼ਿਆਦਾ ਆ ਰਿਹਾ ਤਾਂ ਪੇਸਟਿੰਗ ਦਾ ਰਸ਼ ਹੋ ਗਿਆ। ਸੋ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਹੈ, ਜੇ ਤੁਸੀਂ ਟੂਰਿਸਟ ਵੀਜ਼ਾ ਪਲਾਨ ਕਰ ਰਹੇ ਹੋ ਤਾਂ ਜ਼ਰੂਰ ਅੱਜ ਦੇ ਸ਼ੋਅ ਨੂੰ ਧਿਆਨ ਨਾਲ ਦੇਖੋ ਅਤੇ ਹੋ ਸਕੇ ਤਾਂ ਸ਼ੇਅਰ ਜ਼ਰੂਰ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਕਿਉਂਕਿ ਟੂਰਿਸਟ ਵੀਜ਼ਾ ਦੇ ਅਪਡੇਟਸ ਵੀ ਰੈਗੂਲਰਲੀ ਅਸੀਂ ਇਸ ਚੈਨਲ 'ਤੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਹਾਂ। ਬਹੁਤ ਬਹੁਤ ਧੰਨਵਾਦ, ਥੈਂਕ ਯੂ।